जिहड़े मेरे आइडियल है लता जी है, आशा भोसले जी, श्रेया घोषाल, कविता कृष्णा मूर्ति, इन्हां नूं ही मैं अपना आइडियल मानती हाँ। मैं चाहती हाँ कि मैं इन्हां दी तरह ही सुरीली गायकी करा, कोशिश करते हैं गाने की। मेरी लाडली लाल दे लाल सदके में जावा, दसू खोल के दसू खोल के दिलाल। टीचिंग करते हुए भी मैनू 16-17 साल हो गए, तो मैं नाल दी नाल अपना करियर भी परस्यू कर रही हूँ सिंगिंग का भी। मिले हो तुम हमको बड़े नसीबों से, चुराया है मैंने किस्मत की लकीरों से। मैं मास्टर्स हाँ इंडियन क्लासिकल म्यूजिक वोकल दे विच, ते मैं सीखिया बहुत सारे, मेरे टीचर्स ने मैनू सिखाया, ते जरूर सीख के तुहानू अगे जाना चाहिदा। दिल है छोटा सा छोटी सी आशा, मस्ती भरे मन की भोली सी आशा, चांद तारों को छूने की आशा, आसमानों में उड़ने की आशा। दिल है छोटा सा छोटी सी आशा। सत श्रीकाल जी, स्पोक्समैन टीवी देख रहे हो तुसीं और मैं हरविंदर सिंह ढिल्लों। अज जिस टैलेंट के रूबरू तुहानू करन जा रहे हैं, इस वीडियो नू देखण तो बाद लाइक शेयर कमेंट तुसीं अपने आप कर दोगे, क्योंकि बहुत ही सुरीली आवाज़ की जिहड़ी मालिक है वह अज तुहाडे सामने लैके आ रहे हैं। नाम है हिमानी जी और ये जिहड़ा जी टीवी के उपर भी गायकी करके जाके आए ने। हालांकि वो जिहड़ा एक एंटरटेनमेंट शो सीगा, वो की शो सी, किस तरह इन्हां नूं उत्थे जाण दा मौका मिलिया, तमाम इन्हां दी जिंदगी बारे भी जाणांगे। सब तो पहला स्वागत है जी तुहाडा स्पोक्समैन टीवी ते। नमस्कार नमस्कार हिमानी जी, पहला तो शो बारे दसो, जिहड़े शो दे विच जी टीवी तो कॉल आना, की फीलिंग सीगी और किस तरह उत्थे जाण दा मौका मिलिया और किहड़ा शो सीगा वो? एक्चुअली मैं फीचर हुई हाँ जी पंजाबी दे शो सुपरस्टार नूं सीजन 2 दे विच। ਅਤੇ ਜਦੋਂ ਮੈਨੂੰ ਇਸ ਸ਼ੋਅ ਵਾਸਤੇ ਕਾਲ ਆਈ ਤਾਂ ਮਤਲਬ ਮੈਨੂੰ ਬਹੁਤ ਓਬਵੀਅਸਲੀ ਤੁਹਾਨੂੰ ਕਿਸੇ ਟੀ ਵੀ 'ਤੇ ਜਾਣ ਦਾ ਮੌਕਾ ਮਿਲੇ ਅਤੇ ਤੁਹਾਨੂੰ ਬਹੁਤ ਅੱਛੀ ਵਧੀਆ ਫੀਲਿੰਗ ਆਉਂਦੀ ਹੈ ਕਿ ਤੁਸੀਂ ਇੰਨੇ ਸਾਰੇ ਪੂਰੇ ਲੁਧਿਆਣੇ ਦੇ ਵਿੱਚੋਂ ਤੁਹਾਨੂੰ ਸ਼ਾਰਟ ਲਿਸਟ ਕੀਤਾ ਜਾਂਦਾ ਹੈ। ਅਤੇ ਬਹੁਤ ਹੀ ਅੱਛਾ ਲੱਗਿਆ ਮੈਨੂੰ ਜਦੋਂ ਮੈਨੂੰ ਉਹਨਾਂ ਦੀ ਕਾਲ ਆਈ ਤਾਂ। ਕਾਲ ਆਉਣਾ, ਉਸ ਤੋਂ ਬਾਅਦ ਤੁਹਾਡੇ ਘਰ ਆ ਕੇ ਐਪੀਸੋਡ ਨੂੰ ਸ਼ੂਟ ਕਰਨਾ, ਦੇਖੋ ਤੂੰ ਤੁਹਾਨੂੰ ਨਹੀਂ ਜਾਣਾ ਪਿਆ, ਖੁਦ ਚੱਲ ਕੇ ਟੀਮ ਇੱਥੇ ਆ ਕੇ ਸ਼ੂਟ ਕਰਕੇ ਗਈ ਹੈ ਔਰ ਟੈਲੀਕਾਸਟ ਹੋ ਚੁੱਕਿਆ ਉਹ ਐਪੀਸੋਡ? ਹਾਂਜੀ ਹਾਂਜੀ ਟੈਲੀਕਾਸਟ ਹੋ ਚੁੱਕਾ ਜੀ ਪੰਜਾਬੀ 'ਤੇ 11 ਜੁਲਾਈ ਨੂੰ। ਜੇ ਤੁਸੀਂ ਹੁਣ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਦੀ Z5 ਐਪ ਹੈ, Z5 ਐਪ ਦੇ ਵਿੱਚ ਜੀ ਸੁਪਰਸਟਾਰ ਨੂੰ ਸੀਜ਼ਨ 2 ਦੇ ਵਿੱਚ 11 ਜੁਲਾਈ ਦਾ ਸ਼ੋਅ ਤੁਸੀਂ ਵੇਖ ਸਕਦੇ ਹੋ, ਐਪੀਸੋਡ ਨੰਬਰ 61। ਠੀਕ ਹੈ ਜੀ। ਹਿਮਾਨੀ ਜੀ, ਗਾਉਂਦੇ ਤਾਂ ਤੁਸੀਂ ਬਹੁਤ ਸੁਰੀਲਾ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਹਾਨੂੰ ਜਿਹੜਾ ਦਰਸ਼ਕਾਂ ਨੂੰ ਵੀ ਅਸੀਂ ਇਹਨਾਂ ਦੀ ਆਵਾਜ਼ ਜਿਹੜੀ ਵਿੱਚ ਵਿੱਚ ਸੁਣਾਉਂਦੇ ਰਹਾਂਗੇ। ਅਤੇ ਘਰ ਦੇ ਨਾਲ ਨਾਲ ਸਿੰਗਿੰਗ ਨੂੰ ਤੁਸੀਂ ਵਰਕਿੰਗ ਵੀ ਹੈਗੇ ਹੋ, ਤਾਂ ਕਿਸ ਤਰ੍ਹਾਂ ਸਾਰਾ ਕੁਛ ਮੈਨੇਜ ਕਰਦੇ ਹੋ? ਦੇਖੋ ਮੈਨੇਜ ਤਾਂ ਕਰਨਾ ਪੈਂਦਾ ਬਿਕੋਜ਼ ਅਸੀਂ ਆਪਣਾ ਫੈਮਿਲੀ ਵੀ ਦੇਖਣੀ ਹੁੰਦੀ ਹੈ, ਅਤੇ ਇੱਕ ਹੁੰਦਾ ਕਿ ਅਸੀਂ ਆਪਣੇ ਸੁਪਨੇ ਵੀ ਪੂਰੇ ਕਰਨੇ ਹੁੰਦੇ ਆ, ਅਤੇ ਇਹ ਬਹੁਤ ਜ਼ਰੂਰੀ ਹੈ ਮਤਲਬ ਇੱਕ ਵੂਮੈਨ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਹੈ, ਅਤੇ ਉਹ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਇਹ ਚੀਜ਼ ਕੰਪਲੀਟ ਨਹੀਂ ਹੁੰਦੀ ਹੈ। ਅਤੇ ਮੈਨੂੰ ਮੇਰੀ ਫੈਮਿਲੀ ਦਾ ਪੂਰਾ ਸਪੋਰਟ ਹੈ, ਅੱਜ ਮੈਂ ਜਿੱਥੇ ਵੀ ਹਾਂ, ਚਾਹੇ ਮੈਂ ਆਪਣੀ ਇਨਲੋਜ਼ ਦੀ ਗੱਲ ਕਰਾਂ, ਚਾਹੇ ਮੈਂ ਮੇਰੇ ਮੰਮੀ ਦੀ, ਮੇਰੇ ਬ੍ਰਦਰ ਦੀ, ਮੇਰੇ ਪਾਪਾ ਦੀ, ਇਹਨਾਂ ਦੀ ਗੱਲਾਂ ਕਰਾਂ, ਅਤੇ ਇੱਧਰੋਂ ਮੈਨੂੰ ਦੋਨੋਂ ਪਰਿਵਾਰਾਂ ਤੋਂ ਪੂਰੀ ਸਪੋਰਟ ਹੈ, ਅਤੇ ਉਹ ਹਮੇਸ਼ਾ ਮੇਰੀ ਹੈਲਪ ਕਰਦੇ ਆ ਮੈਨੂੰ ਆਪਣਾ ਕਰੀਅਰ ਅੱਗੇ ਪਰਸਿਊ ਕਰਨ ਦੇ ਵਿੱਚ। ਹਿਮਾਨੀ ਜੀ, ਜਿਹੜੇ ਚਾਰ ਸਾਹਿਬਜ਼ਾਦੇ ਸਾਡੀ ਐਨੀਮੇਟਿਡ ਜਿਹੜੀ ਫਿਲਮ ਸੀਗੀ ਆਈ ਇੱਕ, ਜਿਹੜੀ ਕਾਫੀ ਜ਼ਿਆਦਾ ਹਿੱਟ ਹੋਈ ਸੀਗੀ ਔਰ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ, ਇੱਥੋਂ ਤੱਕ ਕਿ ਫ੍ਰੀ ਸਿਨੇਮਾ ਹਾਲ ਦੇ ਵਿੱਚ ਵੀ ਕਾਫੀ ਲੰਬਾ ਸਮਾਂ ਉਹ ਪਿਕਚਰ ਜਿਹੜੀ ਚੱਲਦੀ ਰਹੀ ਸੀਗੀ, ਤਾਂ ਉਸ ਪਿਕਚਰ ਦੇ ਵਿੱਚ ਵੀ ਜਿਹੜਾ ਹਿਮਾਨੀ ਜੀ ਵੱਲੋਂ ਇੱਕ ਧਾਰਮਿਕ ਗੀਤ ਗਾਇਆ ਗਿਆ, ਮੈਂ ਚਾਹੁੰਦਾ ਕਿ ਆਪਾਂ ਸ਼ੁਰੂਆਤ ਹੀ ਉੱਥੋਂ ਕਰੀਏ ਧਾਰਮਿਕ ਤੋਂ, ਪਹਿਲਾਂ ਉਸ ਗੀਤ ਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ।
मेरी लाडली लाल दी लाल, मेरी लाडली लाल दी लाल, सदके में जावा दसू खोल के दिला दाहाल, दसू खोल के दिला दाहाल, सदके में जावा मेरी लाडली लाल दे लाल, मेरी लाडली लाल दे लाल। क्या बात है, बहुत खूब जी। हवानी जी थोड़ी आवाज बहुत ज्यादा सुरीली है और तुसी जिहड़ा उस दे विच फील भी एक भरदे हैगे हो ਉਹਦੇ ਨਾਲ ਜਿਹੜਾ ਸੋਨੇ ਤੇ ਜਿਹੜਾ ਸੁਹਾਗਾ ਹੋ ਜਾਂਦਾ ਹੈਗਾ। ਤੇ ਹਮਾਨੀ ਜੀ ਕਿਹੜੇ ਜਿਹੜੇ ਤੁਸੀਂ ਸਿੰਗਰਸ ਨੂੰ ਜ਼ਿਆਦਾ ਸੁਣਦੇ ਹੋ ਜਾਂ ਕਦੋਂ ਤੋਂ ਤੁਹਾਨੂੰ ਸ਼ੌਂਕ ਇਹ ਪਿਆ ਸੀਗਾ ਗਾਣ ਦਾ, ਤੁਹਾਨੂੰ ਪਤਾ ਲੱਗਿਆ ਕਿ ਮੈਂ ਗਾ ਸਕਦੀ ਹਾਂ ਔਰ ਮੈਂ ਗਾਣਾ ਹੈ? ਐਕਚੁਅਲੀ ਮੈਂ ਬਹੁਤ ਜ਼ਿਆਦਾ ਛੋਟੀ ਸੀਗੀ, ਆਈ ਗੈਸ ਮੈਂ 4th ਕਲਾਸ 'ਚ ਸੀਗੀ ਤੇ ਮੈਨੂੰ ਪਤਾ ਚੱਲ ਗਿਆ ਸੀਗਾ ਤੇ ਮੇਰੇ ਟੀਚਰਸ ਨੂੰ ਵੀ ਕਿ ਮੈਂ ਗਾ ਸਕਦੀ ਹਾਂ। ਬਚਪਨ ਤੋਂ ਹੀ ਮੈਨੂੰ ਗਾਣ ਦਾ ਸ਼ੌਂਕ ਹੈ ਤੇ ਜਿਹੜੇ ਮੇਰੇ ਆਈਡੀਅਲ ਹੈ ਲਤਾ ਜੀ ਹੈ, ਆਸ਼ਾ ਭੋਸਲੇ ਜੀ, ਸ਼੍ਰੇਆ ਘੋਸ਼ਾਲ, ਕਵਿਤਾ ਕ੍ਰਿਸ਼ਨਾ ਮੂਰਤੀ, ਇਹਨਾਂ ਨੂੰ ਹੀ ਮੈਂ ਆਪਣਾ ਆਈਡੀਅਲ ਮੰਨਦੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਇਹਨਾਂ ਦੀ ਤਰ੍ਹਾਂ ਹੀ ਸੁਰੀਲੀ ਗਾਇਕੀ ਕਰਾਂ। ਕੋਸ਼ਿਸ਼ ਕਰਦੇ ਹਾਂ ਗਾਉਣ ਦੀ ਤੇ ਮੈਂ ਮਾਸਟਰਸ ਕੀਤੀ ਹੋਈ ਹੈ ਇੰਡੀਅਨ ਕਲਾਸੀਕਲ ਮਿਊਜ਼ਿਕ ਵੋਕਲ ਦੇ ਵਿੱਚ ਤੇ ਅੱਜ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵੀ ਸੁਰੀਲਾ ਗਾ ਸਕੀਏ। ਠੀਕ ਹੈ ਜੀ। ਤੇ ਐਜ਼ ਏ ਪ੍ਰੋਫੈਸ਼ਨ ਜਿਹੜੀ ਜੌਬ ਕਰ ਰਹੇ ਹੈਗੇ ਉਹ ਕਿੱਥੇ ਕਰ ਰਹੇ ਹੋ ਤੁਸੀਂ, ਕੀ ਜਿਹੜੀ ਸੇਵਾ ਨਿਭਾ ਰਹੇ ਹੋ? ਮੈਂ ਇਸ ਟਾਈਮ BCMRI ਇੰਟਰਨੈਸ਼ਨਲ ਸਕੂਲ 'ਚ ਸ਼ਾਸਤਰੀ ਨਗਰ 'ਚ ਐਜ਼ ਅ ਮਿਊਜ਼ਿਕ ਟੀਚਰ, ਐਜ਼ ਅ ਮਤਲਬ ਹੈਡ ਆਫ ਦਾ ਡਿਪਾਰਟਮੈਂਟ ਉੱਥੇ ਜੋਬ ਕਰ ਰਹੀ ਹਾਂ ਤੇ ਮੈਨੂੰ ਉੱਥੇ ਕਾਫੀ ਟਾਈਮ ਹੋ ਗਿਆ ਟੀਚਿੰਗ ਕਰਦੇ ਹੋਏ ਵੀ, ਮੈਨੂੰ 16-17 ਸਾਲ ਹੋ ਗਏ ਤੇ ਮੈਂ ਨਾਲ ਦੀ ਨਾਲ ਆਪਣਾ ਕਰੀਅਰ ਵੀ ਪਰਸਿਊ ਕਰ ਰਹੀ ਹਾਂ ਸਿੰਗਿੰਗ ਦਾ ਵੀ। ਤੇ ਕੋਈ ਤੁਹਾਡੇ ਜਿਹੜੇ ਪ੍ਰੋਜੈਕਟ ਆਏ ਆ ਮਾਰਕੀਟ ਦੇ ਵਿੱਚ ਪਹਿਲਾਂ, ਕੋਈ ਸਿੰਗਲ ਟਰੈਕ ਸੋਲੋ, ਜਿਸ ਤਰ੍ਹਾਂ ਕਿਉਂਕਿ ਹੁਣ ਤਾਂ ਫਿਰ ਟ੍ਰੈਂਡ ਆ ਗਿਆ ਕਿ 6-6, 8-8 ਗੀਤ ਆਉਣੇ ਸ਼ੁਰੂ ਹੋ ਗਏ ਆ, ਪਰ ਕਾਫੀ ਲੰਬਾ ਸਮਾਂ ਜਿਹੜਾ ਡੋਟ ਦਾ ਦੌਰ ਰਿਹਾ, ਫਿਰ ਸਿੰਗਲ ਟਰੈਕ ਦਾ ਰਿਹਾ, ਤਾਂ ਇਸ ਤਰ੍ਹਾਂ ਦੇ ਤੁਹਾਡੇ ਵੱਲੋਂ ਵੀ ਕੁਝ ਕੀਤੇ ਗਏ ਐਫਰਟਸ, ਕੋਈ ਮਾਰਕੀਟ ਦੇ ਵਿੱਚ ਆਇਆ ਗੀਤ ਤੁਹਾਡਾ? ਹਾਂਜੀ, ਐਕਚੁਅਲੀ ਅੱਜ ਕੱਲ੍ਹ ਜਿੱਦਾਂ ਹੁਣ ਜ਼ਮਾਨਾ ਸੋਸ਼ਲ ਮੀਡੀਆ ਗਲੋਬਲ ਮਿਊਜ਼ਿਕ ਹੋ ਗਿਆ, ਠੀਕ ਹੈ, ਤੇ ਯੂਟਿਊਬ 'ਤੇ ਅੱਜ ਕੱਲ੍ਹ ਬਹੁਤ ਟ੍ਰੈਂਡ ਹੈ ਨਾ, ਤੇ ਮੇਰਾ ਆਪਣਾ ਚੈਨਲ ਹੈ ਯੂਟਿਊਬ 'ਤੇ ਹਿਮਾਨੀ ਗੁਲਾਟੀ, ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਊਗਾ, ਮੇਰੇ ਆਪਣੇ ਕਵਰ ਸੌਂਗਸ ਪਏ ਹੋਏ ਆ ਉਹਦੇ 'ਤੇ ਅਤੇ ਮੈਂ ਰੀਲਸ ਵੀ ਆਪਣਾ ਬਣਾਉਂਦੀ ਹਾਂ ਓਫੀਸ਼ੀਅਲ ਹਿਮਾਨੀ ਗੁਲਾਟੀ, ਇੰਸਟਾ ਦਾ ਮੇਰਾ ਅਕਾਊਂਟ ਹੈ, ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਅਤੇ ਬਹੁਤ ਸਾਰੇ ਪ੍ਰੋਜੈਕਟਸ ਵਾਲੇ ਪਾਈਪਲਾਈਨ 'ਚ ਹੈ। ਦੇਖੋ ਬਾਈ ਗੋਡ ਗ੍ਰੇਸ ਜਿੱਦਾਂ ਜਿੱਦਾਂ ਵੀ ਅੱਗੇ ਆਉਂਦੇ ਰਹਿਣਗੇ ਤੁਹਾਨੂੰ ਦੱਸਦੇ ਰਹਾਂਗੇ ਅਸੀਂ ਨਾਲ ਦੀ ਨਾਲ। ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਟੈਲੈਂਟ ਜਿਹੜਾ ਹੈਗਾ ਤੁਸੀਂ ਹੀ ਉਹ ਲੋਕ ਹੋ ਜਿਹਨੂੰ ਰਾਤੋ ਰਾਤ ਤੁਸੀਂ ਸਟਾਰ ਬਣਾ ਦਿੰਦੇ ਹੋ, ਅਰਸ਼ ਤੋਂ ਫਰਸ਼ 'ਤੇ ਔਰ ਫਰਸ਼ ਤੋਂ ਅਰਸ਼ 'ਤੇ ਕਰਨ ਵਾਲੇ ਜਿਹੜੇ ਤੁਸੀਂ ਲੋਕ ਹੋ, ਔਰ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਵਾਇਰਲ ਕਰਿਓ। ਅਗਰ ਤੁਹਾਨੂੰ ਲੱਗਦਾ ਕਿ ਹਾਂ ਵਾਕਈ ਹੀ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਟੈਲੈਂਟ ਹੈ ਜਿਹੜਾ ਲੋਕਾਂ ਦੇ ਅੱਗੇ ਆਉਣਾ ਚਾਹੀਦਾ, ਤਾਂ ਤੁਸੀਂ ਇਸ ਵੀਡੀਓ ਨੂੰ ਜਿਹੜਾ ਜ਼ਰੂਰ ਸ਼ੇਅਰ ਕਰਿਓ। ਹਮਾਨੀ ਜੀ, ਲਤਾ ਜੀ ਦਾ ਤੁਸੀਂ ਜ਼ਿਕਰ ਕੀਤਾ ਸੀ, ਨੇਹਾ ਕੱਕੜ ਜੀ ਦਾ ਕੀਤਾ ਸੀਗਾ, ਵਾਰੀ ਵਾਰੀ ਨਾਲ ਨਾਲ ਅਸੀਂ ਉਹਨਾਂ ਦਾ ਵੀ ਜਿਹੜਾ ਰੰਗ ਦਰਸ਼ਕਾਂ ਨੂੰ ਦਿਖਾਉਣਾ ਹੈਗਾ, ਲਤਾ ਜੀ ਦਾ ਵੀ ਕੋਈ ਗੀਤ ਜ਼ਰੂਰ ਸੁਣਾਓ ਜੀ। ਲਤਾ ਜੀ ਦਾ ਸੌਂਗ ਮੇਰਾ ਜੋ ਯੂਟਿਊਬ 'ਤੇ ਮੈਂ ਕਵਰ ਸੌਂਗ ਕੀਤਾ ਸੀ, ਜੋ ਕਿ ਮੈਨੂੰ ਲੱਗਦਾ ਸਾਰਿਆਂ ਦਾ ਹੀ ਫੇਵਰੇਟ ਸੌਂਗ ਹੈ, ਚਾਹੇ ਆਪਾਂ ਪੁਰਾਣੀ ਜਨਰੇਸ਼ਨ ਲੈ ਲਈਏ ਜਾਂ ਅੱਜ ਤੋਂ, ਤੇ ਉਹ ਸੌਂਗ ਮੈਂ ਗਾ ਦਿੰਦੀ ਹਾਂ। ਲੱਗ ਜਾ ਗਲੇ ਕੇ ਫੇਰ ਹਸੀ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਨੇ ਮੁਲਾਕਾਤ ਹੋ ਨਾ ਹੋ। ਲੱਗ ਜਾ ਗਲੇ ਤੇ ਹਮਕੋ ਮਿਲੇ ਹੈ ਆਜ ਘੜੀਆਂ ਨਸੀਬ ਸੇ, ਜੀ ਭਰ ਕੇ ਦੇਖ ਲੀਜੀ ਹਮਕੋ ਕਰੀਬ ਸੇ, ਫਿਰ ਆਪਕੇ ਨਸੀਬ ਮੇਂ ਯੇ ਰਾਤ ਹੋ ਨਾ ਹੋ, ਸ਼ਾਇਦ
इस जन्म में मुलाकात हो न हो, लग जा गले से से। थैंक यू। बहुत खूब हिमानी जी, मेरे तो यकीन करो, देखो किस तरह लू कंडे खड़े हो गए, इन्नी सुरीली आवाज जी इन्हों की है, बहुत ज्यादा फील दे नाल तुसी जिहड़ा गीत नूं गाते है। और हिमानी जी अज का जो दौर है किते ना किते गायकी भी जी कमरशियल हो गई है, सुर सर की तुहानूं लोड़ नहीं, आटो टून का जिहड़ा जमाना हैगा, तां अगर तुहानूं भी कदे इस तरह का ऑफर आएगा कॉम्प्रोमाइज़ करोगे अपनी गायकी नाल जां अपने सिद्धांतां ते ही रहोगे तुसी? देखो वैसे तो मैनू जो लगता है कि गायकी तुहाडी एक गॉड गिफ्टिड है, ठीक है, बेसिक चाहे अजकल हर कोई ऑटो ट्यूनिंग करके सिंगर बन जाता है, बट जो असली सिंगर है ना वो रब वालों ही होंगे। तुसी जिदा रूह नाल गाते हो वो तुहाडे अंदर ही वो चीज़ है। तो मैं ये जरूर कहना चाहती हाँ कि जो भी सिंगर है ना उन्होंने सीखना जरूर चाहिए, ठीक है। बाकी फेमस तो उसी तुसी क्या है कि बहुत सारे मेरे टीचर ने मेनु सिखाया, जरूर सीख के तुहानू अगे जाना चाहिए। कॉम्प्रोमाइज करना मेनु नहीं लगता कि नहीं करना चाहिए कॉम्प्रोमाइज अपनी गायकी दे नाल, तुहानू एक तां ही तुसी एक असली गायक बन सकते हो, एक लॉन्ग लाइफ दे विच लॉन्ग रन दे विच तुसी एक सक्सेसफुल सिंगर बन सकते हो। जी हिमानी जी, परिवार दे विचों भी कोई गांदा सीगा जिहड़ी इन्नी सुरीली तुहाडी आवाज आ, बाय ब्लड जिहनूं आपां कह दिंदे कि बाय जेनेटिक जिहनूं कह दिंदे आ, कोई गांदा सीगा परिवार दे विच? एक्चुअली मेरी नानी जी सीगे ओह भजन गांदे हुंदे सीगे, ते उहनां नूं ही देख के मैनूं शौक आया गाण दा। ते बहुत छोटे हुंदे ही मैं भी श्री राम शरणम दे विच भजन गांदी सीगी, अज भी उत्थे गांदी हां, मैं सेवा करदी हां उत्थे। ते मैनूं लगदा मेरा ये टैलेंट शायद मेरी मम्मा तो मेरी नानी जी तो उहनां तो ही मैनूं मिलिया। जी ते नेहा जी दा भी गीत जरूर सुनाओ साडे दर्शकां। नेहा कक्कड़ जी तो चलो अजकल सिंगिंग आइकन ने, है ना, ते बट उन्हां दा मैनूं एक सोंग जो उन्होंने अपने ब्रदर दे नाल कीता है टोनी कक्कड़ दे नाल, तुहानूं सारयां नूं भी आई गैस बहुत पसंद आऊगा, ते ओह वाला गाना मैं सुना दिंदी हां तुहानूं। मिले हो तुम हमको बड़े नसीबों से, चुराया है मैंने किस्मत की लकीरों से। मिले हो तुम हमको बड़े नसीबों से, चुराया है मैंने किस्मत की लकीरों से। तेरी मोहब्बत से सांसें मिली हैं, सदा रहना दिल में करीब होके। मिले हो तुम हमको बड़े नसीबों से, चुराया है मैंने किस्मत की लकीरों से। क्या बात है जी, बहुत खूब। और हिमानी जी हुण फ्यूचर प्लान की हैगे आ वो भी मैं चाहना कि दर्शकों नाल जरूर सांझे करो, तो दर्शकों की जिहड़ी हैल्प लैनी भी बहुत जरूरी है, क्योंकि कोई भी कलाकार लोगों तो बिना किसी काम का नहीं है जी। ਅਤੇ ਫਿਊਚਰ ਪਲੈਨਿੰਗਸ ਤਾਂ ਮੇਰੀ ਦੇਖੋ ਜੀ, ਮੈਂ ਸਿੰਗਰ ਹਾਂ ਅਤੇ ਆਫਕੋਰਸ ਕਿ ਮੇਰੀ ਜੋ ਫਿਊਚਰ ਪਲੈਨਿੰਗ ਹੈ ਉਹ ਸਿੰਗਿੰਗ ਦੇ ਵਿੱਚ ਹੀ ਰਹੂਗੀ। ਅਤੇ ਮੈਂ ਵੇਟ ਕਰ ਰਹੀ ਹਾਂ ਕਿ ਸ਼ਾਇਦ ਕੋਈ ਰਾਈਟ ਓਪਰਚੁਨਿਟੀ ਮੈਨੂੰ ਵੀ ਮਿਲੇ ਅਤੇ ਮੈਂ ਵੀ ਅੱਗੇ ਜਾਵਾਂ। ਫਿਲਹਾਲ ਮੇਰੇ ਬਹੁਤ ਸਾਰੇ ਪ੍ਰੋਜੈਕਟ ਸਾਰੇ ਪਾਈਪਲਾਈਨ ਦੇ ਵਿੱਚ ਆ, ਅਤੇ ਆਪਣਾ ਯੂਟਿਊਬ ਚੈਨਲ ਪਰਸਿਊ ਕਰ ਰਹੀ ਹਾਂ। ਜਿਹੜੇ ਸੌਂਗਸ ਮੈਨੂੰ ਅੱਛੇ ਲੱਗਦੇ ਆ ਉਹ ਮੈਂ ਅੱਗੇ ਮਤਲਬ ਕਵਰਸ ਕਰਦੀ ਹਾਂ ਉਹਨਾਂ ਦੇ। ਅਤੇ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਵੀ ਬਹੁਤ ਜ਼ਰੂਰੀ ਚਾਹੀਦਾ ਹੈ, ਬਿਕੋਜ਼ ਤੁਹਾਡੇ ਸਾਰਿਆਂ ਦੇ ਸਾਥ ਤੋਂ ਬਿਨਾਂ ਜਿੱਦਾਂ ਕਿ ਸਰ ਨੇ ਕਿਹਾ ਕਿ ਅਰਸ਼ ਤੋਂ ਤੁਸੀਂ ਫਸਟ ਤੋਂ ਅਰਸ਼ 'ਤੇ ਪਹੁੰਚਾ ਦਿੰਦੇ ਹੋ, ਅਤੇ ਮੈਂ ਵੀ ਚਾਹੁੰਦੀ ਹਾਂ ਕਿ ਤੁਹਾਡੇ ਸਾਰਿਆਂ ਦੇ ਸਾਥ ਤੋਂ ਬਿਨਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ, ਮੈਨੂੰ ਫੋਲੋ ਕਰੋ, ਅਤੇ ਡੈਫੀਨੇਟਲੀ ਮੈਂ ਤੁਹਾਨੂੰ ਇੱਕ ਬਹੁਤ ਹੀ ਅੱਛਾ ਮਿਊਜ਼ਿਕ ਸੁਣਾਵਾਂਗੀ ਅਤੇ ਤੁਹਾਨੂੰ ਪਸੰਦ ਆਊਗਾ ਜ਼ਰੂਰ। ਕਿਉਂਕਿ ਟੈਲੈਂਟ ਨੂੰ ਜ਼ਰੂਰਤ ਨਹੀਂ ਹੈਗੀ ਵੱਡੀਆਂ ਵੱਡੀਆਂ ਗੱਡੀਆਂ ਜਿਹੜੇ ਆਊਟ ਆਫ ਕੰਟਰੀ ਜਾ ਕੇ ਵੀਡੀਓਜ਼ ਬਣਾਉਣਾ, ਠੀਕ ਹੈ, ਟੈਲੈਂਟ ਜਿਹੜਾ ਹੈਗਾ ਉਹ ਆਪਣੇ ਆਪ ਹੀ ਇੱਕ ਬਹੁਤ ਵੱਡੀ ਚੀਜ਼ ਹੁੰਦਾ, ਉਸਨੂੰ ਜ਼ਰੂਰਤ ਨਹੀਂ ਹੁੰਦੀ ਕਿ ਉਸਦੇ ਵੀਡੀਓ ਦੇ ਵਿੱਚ ਲੈਂਬਰ ਕਿੰਨੀ ਹੋਵੇ ਜਾਂ ਕੋਈ ਕਰੂਜ਼ ਹੋਵੇ, ਜੇ ਤਾਂ ਉਹ ਟੈਲੈਂਟ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ, ਟੈਲੈਂਟ ਆਪ ਹੀ ਜਿਹੜਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਔਰ ਤੁਹਾਨੂੰ ਟੈਲੈਂਟ ਜਿਹੜਾ ਪਰਮਾਤਮਾ ਨੇ
ਬਹੁਤ ਅੱਛਾ ਟੈਲੈਂਟ ਹੈ, ਜਿਹੜਾ ਟੈਲੈਂਟ ਹੈਗਾ, ਬਹੁਤ ਸੁਰੀਲੇ ਹੈਗੇ ਹੋ ਤੁਸੀਂ, ਔਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਸੀ, ਔਰ ਜਾਂਦੇ ਜਾਂਦੇ ਮੈਂ ਚਾਹੁੰਦਾ ਕਿ ਹੁਣ ਆਪਣੀ ਪਸੰਦ ਦਾ ਤੁਸੀਂ ਗੀਤ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਮੈਂ ਤੁਹਾਨੂੰ ਸੁਣਾਉਂਦੀ ਹਾਂ ਜੀ ਸੌਂਗ, ਹਰ ਇੱਕ ਦੇ ਮਨ 'ਚ ਹੈ ਨਾ ਅੱਗੇ ਜਾਣ ਦੀ ਇੱਛਾ ਹੁੰਦੀ ਹੈ, ਠੀਕ ਹੈ। ਅਤੇ ਸਾਡੇ ਮੈਸਟਰੋ ਹੈ ਜੋ ਬਾਲੀਵੁੱਡ ਦੇ, ਹੈ ਨਾ, ਏ ਆਰ ਰਹਿਮਾਨ ਜੀ, ਮੈਂ ਉਹਨਾਂ ਦਾ ਇੱਕ ਤੁਹਾਨੂੰ ਇੱਕ ਗੀਤ ਸੁਣਾਉਂਦੀ ਹਾਂ ਜੋ ਪਰਸਨਲੀ ਮੈਨੂੰ ਵੀ ਬਹੁਤ ਅੱਛਾ ਲੱਗਦਾ ਹੈ। ਦਿਲ ਹੈ ਛੋਟਾ ਸਾ ਛੋਟੀ ਸੀ ਆਸ਼ਾ, ਮਸਤੀ ਭਰੇ ਮਨ ਕੀ ਭੋਲੀ ਸੀ ਆਸ਼ਾ, ਚਾਂਦ ਤਾਰੋ ਕੋ ਛੂਨੇ ਕੀ ਆਸ਼ਾ, ਆਸਮਾਨੋ ਮੇ ਉੜਨੇ ਕੀ ਆਸ਼ਾ। ਦਿਲ ਹੈ ਛੋਟਾ ਸਾ ਛੋਟੀ ਸੀ ਆਸ਼ਾ, ਮਸਤੀ ਭਰੇ ਮਨ ਕੀ ਭੋਲੀ ਸੀ ਆਸ਼ਾ, ਮਹਿਕ ਜਾਊ ਮੈਂ ਆਜ ਤੋ ਐਸੇ ਫੂਲ ਬਾਗਿਆਂ ਮੇ, ਮਹਿਕੇ ਹੋ ਜੈਸੇ ਬਾਦਲੋ ਕੀ ਮੈਂ, ਓੜੋ ਚੁਨਰੀਆ ਝੂਮ ਜਾਊ ਮੈਂ ਬਨ ਕੇ ਬਾਬਰੀਆ, ਆਪਣੀ ਛੋਟੀ ਮੇ ਬਾਂਧ ਲੂ ਦੁਨੀਆ। ਦਿਲ ਹੈ ਛੋਟਾ ਸਾ ਛੋਟੀ ਸੀ ਆਸ਼ਾ, ਮਸਤੀ ਭਰੇ ਮਨ ਕੀ ਭੋਲੀ ਸੀ ਆਸ਼ਾ। ਤੇ ਮੈਂ ਇਹ ਵੀ ਚਾਹੁੰਦੀ ਹਾਂ ਕਿ ਤੁਸੀਂ ਮੇਰੀਆਂ ਜੋ ਵੀ ਮੇਰੇ ਮਨ ਦੀਆਂ ਇੱਛਾ ਹੈ, ਆਸ਼ਾ ਹੈ, ਜਿੱਦਾਂ ਮੈਂ ਚਾਹੁੰਦੀ ਹਾਂ ਕਿ ਮੈਂ ਸਿੰਗਰ ਬਣਾ, ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਫੋਲੋ ਕਰੋ, ਤੇ ਮੈਂ ਤੁਹਾਨੂੰ ਇੱਦਾਂ ਹੀ ਆਪਣਾ ਬਹੁਤ ਹੀ ਅੱਛਾ ਮਿਊਜ਼ਿਕ ਤੇ ਆਪਣੀ ਸਿੰਗਿੰਗ ਦੇ ਨਾਲ ਤੁਹਾਨੂੰ ਅੱਛਾ ਮਿਊਜ਼ਿਕ ਸੁਣਾਉਂਦੀ ਰਹਾਂਗੀ। ਕਰ ਦਿਓ ਯਾਰ, ਕਿਉਂਕਿ ਇੰਨਾ ਵਧੀਆ ਟੈਲੈਂਟ, ਬਾਰ ਬਾਰ ਤੁਹਾਨੂੰ ਕਿਹਾ, ਹੁਣ ਮੈਮ ਨੇ ਕਿੰਨੀ ਵਾਰ ਕਿਹਾ ਕਿ ਮੈਨੂੰ ਫੋਲੋ ਕਰ ਲਿਓ, ਔਰ ਕਰ ਦਿਓ, ਕਿਉਂਕਿ ਅੱਛਾ ਟੈਲੈਂਟ ਜਿਹੜਾ ਉਹ ਘਰੇ ਨਹੀਂ ਰਹਿਣਾ ਚਾਹੀਦਾ, ਉਹ ਬਾਹਰ ਆਉਣਾ ਚਾਹੀਦਾ ਔਰ ਸਾਰਿਆਂ ਦੇ ਵਿੱਚ ਆਉਣਾ ਚਾਹੀਦਾ ਹੈਗਾ, ਔਰ ਰਾਤੋਂ ਰਾਤ ਤੁਸੀਂ ਜਿਹੜਾ ਸਟਾਰ ਬਣਾਉਣ ਵਾਲੀ ਜਿਹੜੀ ਹੈ ਗੱਲ, ਇਹ ਕਿਤੇ ਨਾ ਕਿਤੇ ਸੱਚ ਹੈ। ਸੋਸ਼ਲ ਮੀਡੀਆ ਦਾ ਜਿਹੜੀ ਤਾਕਤ ਬਹੁਤ ਵੱਡੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਤਾਕਤ ਹੈਗੀ ਹੈ, ਠੀਕ ਹੈ ਜੀ। ਔਰ ਹਿਮਾਂਸ਼ੀ ਜੀ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਨੇ ਜੀ, ਪਰਮਾਤਮਾ ਕਰੇ ਤੁਸੀਂ ਜਲਦੀ ਤੋਂ ਜਲਦੀ ਹੋਰ ਤਰੱਕੀ ਕਰੋ, ਔਰ ਦਿਲ ਤਾਂ ਨਹੀਂ ਕਰ ਰਿਹਾ ਤੁਹਾਡੇ ਕੋਲ ਉੱਠ ਕੇ ਜਾਣ ਦੇ ਲਈ, ਮੈਂ ਹਾਲਾਂਕਿ ਮੈਂ ਹਿੰਦੀ ਸੌਂਗ ਬਹੁਤ ਘੱਟ ਸੁਣਦਾ, ਪਰ ਅੱਜ ਤੁਹਾਡੇ ਕੋਲੋਂ ਸੁਣ ਕੇ ਮੈਨੂੰ ਬਹੁਤ ਅੱਛਾ ਲੱਗਿਆ, ਔਰ ਦਿਲ ਕਰ ਰਿਹਾ ਕਿ ਤੁਸੀਂ ਗਾਈ ਜਾਓ ਔਰ ਅਸੀਂ ਸੁਣੀ ਜਾਈਏ, ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਤਾਂ ਨਵੇਂ ਆਪ ਟੈਲੈਂਟ ਦੇ ਨਾਲ ਫਿਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਜੀ, ਮੈਨੂੰ ਦਿਓ ਇਜਾਜ਼ਤ। ਕੈਮਰਾ ਪਰਸਨ ਹੈਪੀ ਨਾਲ ਹਰਵਿੰਦਰ ਸਿੰਘ ਢਿੱਲੋਂ, ਸਪੋਕਸਮੈਨ ਟੀਵੀ ਲੁਧਿਆਣਾ।